ਕੋਈ ਜੱਟ ਵੀ ਜੋ ਕੋਈ ਨਾਈ ਛਿੰਬਾ ਮੁਸਲਮਾਨ ਜੋ ਕੋਈ ਹੈਗਾ ਨਾ ਸਭ ਸਾਨੂੰ ਮੇਰੇ ਦਾਦੇ ਨੂੰ ਪਿਓ ਸਮਝਦੇ ਹਨ ਇੰਨਾ ਮੰਨਦੇ ਹਨ ਬਹੁਤ ਮੰਨਦੇ ਉਹਦੇ ਤੋਂ ਬਿਨਾਂ ਕੋਈ ਪਿੰਡ 'ਚ ਖੜ੍ਹ ਨਹੀਂ ਕਰਦਾ ਰਾਹ 'ਚ ਲੁੱਟਾਂ ਖੋਹਾਂ ਵੀ ਬੜੀਆਂ ਹੋਈਆਂ ਮੁਫਤਾਂ ਵੀ ਬੜੀਆਂ ਹੋਈਆਂ ਲੋਕ ਮਰੇ ਪਏ ਵੀ ਵੇਖੇ ਬੜੇ ਅਤੇ ਉਹ ਸਾਨੂੰ ਬਚਾ ਕੇ ਕਾਫ਼ੀ ਹਿੰਦੁਸਤਾਨ 'ਚ ਬਣਾ ਉਹ ਇਹਨਾਂ ਵੀ ਮਾਰੇ ਉਹਨਾਂ ਨੇ ਕਿਉਂ ਨਹੀਂ ਮਾਰੇ ਇਹਨਾਂ ਨੂੰ ਮਾਰੇ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਜਾ ਕੇ ਉਹਨਾਂ ਦਾ ਝੰਡਾ ਵੱਢ ਦਿੱਤਾ ਦਿੱਲੀ 'ਚ ਅਤੇ ਉਹਨਾਂ ਆਣ ਕੇ ਲਾਹੌਰ ਝੱਲਾ ਕਰ ਬੜਾ ਮੀਂਹ ਪੈਂਦਾ ਸੀ ਰੋ ਹੀ ਜੇ ਰਾਹ ਹੀ ਪਈ ਜਾਂਦਾ ਸੀ ਗਰੀਬਾਂ ਬਹੁਤ ਜੇ ਮੀਂਹ ਨਹੀਂ ਬਚਾ ਕੇ ਲਿਆਉਂਦਾ ਹੈ ਜੇ ਮੀਂਹ ਨਾ ਇੰਨਾ ਪੈਂਦਾ ਤਾਂ ਬੰਦਾ ਆਉਣੀ ਵੀ ਮੁਸ਼ਕਲ ਹੀ ਸੀ ਇਹ ਵੀ ਗੱਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਜੀਤਪੁਰ ਵਿੱਚ ਅਤੇ ਬੈਠੇ ਉਹਨਾਂ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਸੰਤਾਲੀ ਨੂੰ ਆਪਣੇ ਅੱਖਾਂ ਦੇ ਨਾਲ ਵੇਖਿਆ ਉਸ ਵੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ ਇਹ ਸਾਰੇ ਆਪਾਂ ਜਾਣਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਬਾਪੂ ਜੀ ਕੀ ਨਾਂ ਜੇ ਮਲੂਕ ਚੰਦ ਅਤੇ ਪਿਤਾ ਦਾ ਨਾਂ ਕੀ ਹੈ ਜੀ ਹਰਬੰਸਲਾਲ ਬਾਪੂ ਜੀ ਜਦੋਂ 47 ਦੀ ਵੰਡ ਹੋਈ ਹੈ ਉਦੋਂ ਆਪਣੀ ਉਮਰ ਕਿੰਨੀ ਸੀ ਜੀ 8 ਸਾਲ ਦੀ ਉਮਰ ਸੀ ਜੀ ਆਪਣੀ ਅਤੇ ਉੱਧਰ ਪਾਕਿਸਤਾਨ ਵਿੱਚ ਆਪਣਾ ਕਿਹੜਾ ਪਿੰਡ ਸੀਗਾ ਜੀ ਸ਼ੇਰਪੁਰ ਅਤੇ ਜ਼ਿਲ੍ਹਾ ਜੀ ਲਾਹੌਰ ਜ਼ਿਲ੍ਹਾ ਲਾਹੌਰ ਅਤੇ ਪਿੰਡ ਸ਼ੇਰਪੁਰ ਜੀ ਤਹਿਸੀਲ ਚੂਣੀ ਤਹਿਸੀਲ ਚੂਣੀ ਜੀ ਅਤੇ ਆਪਣੀ ਬਰਾਦਰੀ ਕਿਹੜੀ ਹੈ ਬਾਪੂ ਜੀ ਬ੍ਰਹਮ ਬਾਪੂ ਜੀ ਉਸ ਪਿੰਡ ਵਿੱਚ ਇਸ ਬਰਾਦਰੀ ਦੇ ਹੋਰ ਕਿੰਨੇ ਕੁ ਲੋਕ ਰਹਿੰਦੇ ਸੀ ਅਸੀਂ ਤਾਂ ਜੀ ਪੰਡਤ ਸਾਹਿਬ ਦੇ ਬ੍ਰਾਹਮਣਾਂ ਦੇ ਇੱਕੋ ਘਰ ਹੀ ਸਾਂ ਮੇਰਾ ਦਾਦਾ ਅੱਛਾ ਜੀ ਅਤੇ 4 ਕੁ ਘਰ ਜੱਟਾਂ ਦੇ ਹਨ ਜੀ ਬਾਕੀ ਸਾਰੇ ਮੁਸਲਮਾਨ ਸਨ ਪਿੰਡ ਕਿੱਡਾ ਕੁ ਵੱਡਾ ਸੀਗਾ ਪਿੰਡ ਤਾਂ ਛੋਟਾ ਹੀ ਸੀ ਇੱਡਾ ਵੱਡਾ ਤਾਂ ਨਹੀਂ ਸੀਗਾ ਸਾਫ ਤਾਂ ਛੋਟਾ ਹੀ ਸੀ ਪਿੰਡ ਵਾਹ ਵਾਹ ਜੀ ਅਸੀਂ ਤਾਰੇ ਪਿੰਡ ਠੀਕ ਹੈ ਜੀ ਪਿੰਡ ਵਿੱਚ ਹੋਰ ਬਰਾਦਰੀਆਂ ਬਾਪੂ ਜੀ ਕਿਹੜੀਆਂ ਰਹਿੰਦੀਆਂ ਸੀ ਹੋਰ ਤੋਂ ਉਹਨਾਂ ਦੇ ਮੁਸਲਮਾਨ ਹੀ ਹਨ ਤੇਲੀ ਸਨ ਨਾਈ ਸਨ ਛੀਬੇ ਸਨ ਘੁਮਿਆਰ ਸਨ ਇਹ 5-4 ਕੌਮਾਂ ਰਹੀਆਂ ਜਾਂ ਪਾਕ ਜਾਂ ਮੁਸਲਮਾਨ ਸਨ ਚੌਧਰੀ ਸਨ ਮੁਸਲਮਾਨ ਚੌਧੇ ਵੀ ਮੁਸਲਮਾਨ ਹੋਏ ਹਨ ਪਿੰਡ ਵਿੱਚ ਗੁਰਦੁਆਰਾ ਵੀ ਆਇਆ ਸੀ ਕੋਈ ਨਾ ਜੀ ਕੋਈ ਮਸੀਤ ਮੰਦਰ ਮਸੀਤ ਹੈਗੀ ਸੀ ਠੀਕ ਹੈ ਜੀ ਅਤੇ ਮੰਦਰ ਵੀ ਕੋਈ ਆਇਆ ਸੀ ਮੰਦਰ ਤਾਂ ਨਹੀਂ ਸੀ ਹੈਗਾ ਅਤੇ ਉਹ ਬਗਿਆਣਾ ਸਾਡੇ ਨੇੜੇ ਹੈਗਾ ਸੀ 1 ਕਿਲੋਮੀਟਰ ਸੀ ਬਗਿਆਣਾ ਉਹ ਉੱਥੇ ਗੁਰਦੁਆਰਾ ਹੈਗਾ ਸੀ ਹਾਂ ਉੱਥੇ ਉੱਥੇ ਕੋਈ ਸਕੂਲ ਵੀ ਸੀ ਸਕੂਲ ਵੀ ਉੱਥੇ ਸਾਡੇ ਪਿੰਡ ਸਕੂਲ ਹੀ ਕੋਈ ਨਹੀਂ ਸੀ ਤੁਸੀਂ ਕੋਈ ਪੜ੍ਹਾਈ ਕੀਤੀ ਨਾ ਜੀ ਅਸੀਂ ਬੜੀ ਪੜ੍ਹਾਈ ਹੋਈ ਇੱਧਰ ਆਣ ਕੇ 4 ਜਮਾਤਾਂ ਮੈਂ ਪੜ੍ਹਿਆ ਇੱਧਰ ਆਣ ਕੇ ਅੱਛਾ ਉੱਧਰ ਪੜ੍ਹਾਈ ਨਹੀਂ ਕੀਤੀ ਉੱਥੇ ਕੋਈ ਦਾਖਲ ਹੀ ਨਹੀਂ ਹੋਏ ਉੱਧਰ ਫਿਰ ਜਿਹੜੇ ਕੋਈ ਯਾਰ ਬੇਲੀ ਸੀ ਉਹ ਕੌਣ ਹੈ ਉਹਨਾਂ ਦੇ ਕੋਈ ਨਾਮ ਯਾਦ ਜਾਂ ਕਿਹੜੇ ਬਰਾਦਰੀ ਦੇ ਸੀ ਯਾਰ ਬੇਲੀ ਦੇ ਠਾਹਣ ਦੇ ਕਿਹੜੇ ਅਜੇ ਕਿਹੜੇ ਨਿਆਣੇ ਹੀ ਰਹੇ ਹਨ ਮੇਰੇ ਇੱਡੇ ਦਾ ਮੇਰਾ ਯਾਰ ਬੇਲੀ ਸਾਡੇ ਦਾ ਨਹੀਂ ਸਾਡੇ ਦੂਜਿਆਂ ਘਰਦਿਆਂ ਦੇ ਹੈਗੇ ਹਨ ਮੇਰੇ ਪਿਤਾ ਹਨ 3 ਭਰਾ ਬੇਟਾ ਇਸ ਤਰ੍ਹਾਂ ਦਾਦਾ ਮੇਰਾ ਵੀ ਹੈਗਾ ਸੀ ਅਤੇ ਹੋਰ ਯਾਰ ਬੇਲੀਆਂ ਦਾ ਕੋਈ ਨਹੀਂ ਪਤਾ ਅੱਛਾ ਅਤੇ ਜਦੋਂ ਬਾਪੂ ਜੀ ਅਜਾੜਾ ਪਿਆ ਹੈ ਉੱਧਰੋਂ ਫਿਰ ਤੁਸੀਂ ਚੱਲੇ ਜੇ ਉਦੋਂ ਕਿਵੇਂ ਪਤਾ ਲੱਗਾ ਵੀ ਹੁਣ ਘਰ ਛੱਡ ਜਾਣਾ ਆਪਾਂ ਚੱਲਣਾ ਹੈ ਰੋੜਾ ਪਿਆ ਸੀ ਵਾਹਵਾ ਚਿਰਤਾ ਜੀ ਰੋੜੇ ਦੇ ਵਿੱਚ ਫਿਰ ਖੀਰ ਨੂੰ ਹੌਲੀ ਹੌਲੀ ਵੱਧਦਾ 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 ਗਿਆ ਅਤੇ ਫਿਰ ਉਹ ਜਿਵੇਂ ਲੋਕ ਵੱਖ ਪਾਕਿਸਤਾਨ ਬਣ ਗਿਆ ਲਾਹੌਰ ਦਾ ਜ਼ਿਲ੍ਹਾ ਜਿਹੜਾ ਉਹ ਪਾਕਿਸਤਾਨ 'ਚ ਆ ਗਿਆ ਤੁਸੀਂ ਜਾਣਾ ਹੈ ਆਖਣ ਲੱਗ ਪਏ ਅਸੀਂ ਮੁਸਲਮਾਨਾਂ ਦਾ ਅਸੀਂ ਵੀ ਝੰਡਾ ਆਪਦੇ ਘੋੜੇ ਬਾਹਰ ਬੂਹੇ ਦੇ ਲਾ ਦਿੱਤਾ ਲੋਕ ਪੈਣ ਪੂਣ ਵੀ ਲੱਗ ਪਏ ਲੁੱਟਣ ਖੋਣ ਵਾਲੇ ਅਤੇ ਸਾਡਾ ਸਾਡੇ ਮੰਨਦੇ ਬੜੇ ਸੀ ਮੁਸਲਮਾਨ ਵੀ ਜੱਟ ਵੀ ਜੋ ਕੋਈ ਨਾਈ ਛਿੰਬਾ ਮੁਸਲਮਾਨ ਜੋ ਕੋਈ ਘੁਮਿਆਰ ਹੈ ਨਾ ਸਭ ਸਾਨੂੰ ਮੇਰੇ ਦਾਦੇ ਨੂੰ ਪਿਓ ਸਮਝਦੇ ਹਨ ਇੰਨਾ ਮੰਨਦੇ ਹਨ ਬਹੁਤ ਮੰਨਦੇ ਉਹਦੇ ਤੋਂ ਬਿਨਾਂ ਕੋਈ ਪਿੰਡ 'ਚ ਗੱਲ ਨਹੀਂ ਕਰਦਾ ਉੱਥੋਂ ਫਿਰ ਜਦੋਂ ਚੱਲੇ ਜੇ ਕਿੰਨਾ ਕੁ ਦਿਨਾਂ 'ਚ ਇੱਥੇ ਆ ਗਏ ਤੁਸੀਂ ਅਸੀਂ ਜਦੋਂ ਚੱਲੇ ਤਾਂ ਉਹ ਸਾਨੂੰ ਅਸੀਂ ਤਾਂ 2 ਦਿਨ ਜੈਡ ਡੰਗ ਮਗਰੋਂ ਹੀ ਚੱਲੇ ਹਾਂ ਲੋਕਾਂ ਨਾਲ
ਤੇ ਉੱਥੋਂ ਸਾਨੂੰ ਉਹ ਪਿੰਡ ਦੇ ਬੰਦੇ 40-50 ਮੁਸਲਮਾਨ ਉਹ ਸਾਨੂੰ ਨਾਲ ਲੈ ਕੇ ਤੇ ਕਾਫਲਾ ਚਲਾਉਂਦਾ ਪਿਆ ਸੀ ਉਹ ਬੜਾ 2-3 ਮੀਲ 5-4 ਮੀਲ ਲੰਮਾ ਸੀ ਕਾਫਲਾ ਅਤੇ ਉਹਦੇ ਵਿੱਚ ਉੱਥੇ ਸਾਨੂੰ ਨਾਲ ਲਾ ਗਏ ਵੀ ਇਹਨਾਂ ਨੇ ਦੱਸਣਾ ਜਾਣਾ ਤਾਂ ਤੁਸੀਂ ਇਹਨਾਂ ਦੇ ਨਾਲ ਲੱਗ ਜਾਓ ਫਿਰ ਸਾਡੇ ਨਾਲ ਗੋਰਖਾ ਮਿੰਡਰੀ ਵੀ ਹੈਗੀ ਸੀ ਜੀ 5-4 ਜੀਪਾਂ ਉਹ ਸਾਡੇ ਨਾਲ ਅੱਗੇ ਪਿੱਛੇ ਨਾਲ ਉਹ ਸਾਨੂੰ ਲਿਆਏ ਨੇ ਰਾਹ 'ਚੋਂ ਲੁੱਟਾਂ ਖੋਹਾਂ ਵੀ ਬੜੀਆਂ ਹੋਈਆਂ ਮੁਫਤਾਂ ਵੀ ਬੜੀਆਂ ਹੋਈਆਂ ਕੋਈ ਲੋਕ ਮਰੇ ਪਏ ਵੀ ਵੇਖੇ ਬੜੇ ਅਤੇ ਉਹ ਸਾਨੂੰ ਬਚਾ ਕੇ ਕਾਫਲੇ ਨੂੰ ਦਸਤਾਨ 'ਚੋਂ ਨਾ ਛੱਡ ਦਿੰਦਾ ਵਿਆਸਾ ਜੇ ਰਾਤ ਪਈ ਨਾ ਸਾਨੂੰ ਅਤੇ ਉਹ ਦਰਿਆ 'ਚ ਪਾਣੀ ਦਾ ਸੁੱਕਾ ਹੀ ਪੀਆ ਹੁੰਦਾ ਕਿ ਉਸੇ ਸੁੱਕੀ ਸਾਲ ਹੀ ਰਹੇ ਅਤੇ ਰਾਤੋਂ ਰਾਤ ਚੜਾਅ ਆ ਗਿਆ ਇੱਕ ਪਾਕਿਸਤਾਨ ਦਾ ਜਿਹੜਾ ਮੁਸਲਮਾਨ ਦਾ ਕਾਫਲਾ ਸੀ ਉਹ ਵੀ ਉੱਥੇ ਉਹ ਸਾਰਾ ਹੀ ਰੁੜ ਗਿਆ ਅਸੀਂ ਸਾਡਾ ਅਸੀਂ ਥੋੜ੍ਹੇ ਜਿਹੇ ਪੀਆ ਹਾਂ ਅਸੀਂ ਬਚੇ ਉਹ ਵੇਖਿਆ ਰੋਡ ਦਾ ਜਾਂਦਾ ਮੁਰਦੇ ਨੇੜੇ ਬਿਨਾਂ ਤੋਂ ਰੁੜੇ ਜਾਂ ਗੱਡਾਂ ਵੀ ਜਾਂ ਬਡੰਗਰ ਵੀ ਉਹ ਵੇਖਿਆ ਕਲਾਸ ਉਹ ਪਿੱਛੋਂ ਨਾ ਬਿਨਾਂ ਉਹ ਗੱਡੀ ਭਰ ਕੇ ਬਿਨਾਂ ਉਹਨਾਂ ਨੇ ਮੁਸਲਮਾਨਾਂ ਨੂੰ ਵੱਢ ਕੇ ਗੱਡੀ ਭਰ ਕੇ ਉੱਥੇ ਉੱਧਰ ਲਿਆ ਕੇ ਇੱਧਰ ਇਹਨਾਂ ਛੱਡੀ ਇਹਨਾਂ ਨੇ ਉਹ ਦੁਆਣੇ ਮੁਸਲਮਾਨ ਮਾਰੇ ਉਹ ਇਹਨਾਂ ਵੀ ਮਾਰੇ ਉਹਦਾ ਨਹੀਂ ਉਹ ਨਹੀਂ ਮਾਰੇ ਇਹਨਾਂ ਨੂੰ ਮਾਰੇ ਅਤੇ ਮਾਸਟਰ ਸਾਰਾ ਸਿੰਘ ਜੀ ਨੇ ਜਾ ਕੇ ਉਹਨਾਂ ਦਾ ਝੰਡਾ ਵੱਢ ਦਿੱਤਾ ਦਿੱਲੀ 'ਚ ਅਤੇ ਉਹਨਾਂ ਆਣ ਕੇ ਲਾਹੌਰ 'ਚ ਹੱਲਾ ਕਰ ਦਿੱਤਾ ਅਤੇ ਇੱਥੇ ਬੜੇ ਮਾਰੇ ਮਰਦੇ ਦੋ ਫਾਸੀ ਰਹੇ ਸੰਸਾਰੀ ਜਿਹੜੀ ਭੁੱਲ ਨਹੀਂ ਸਕਦੀ ਬਣ ਜਾਣ ਦੇਣਾ ਪ੍ਰਾਣ ਉਹਨੂੰ ਨਹੀਂ ਭੁੱਲ ਸਕਦੀ ਅਤੇ ਨਵੇਂ ਵਿਚਾਰੇ ਹੁਣ ਕੀ ਪਤਾ ਵੀ ਕੀ ਹੋਇਆ ਜੇ ਅਸੀਂ ਬਹੁਤ ਖਿਆਈਆਂ ਚੱਲੀਆਂ ਨੇ ਬੜਾ ਵੀ ਪੈਂਦਾ ਸੀ ਰੂਹ ਹੋਈ ਜੇ ਰਾਹ ਹੀ ਪਈ ਜਾਂਦਾ ਸੀ ਗਰੀਬਾਂ ਬਹੁਤ ਜੇ ਮੀਂਹ ਨਹੀਂ ਬਚਾ ਕੇ ਲਿਆਉਂਦਾ ਹੈ ਜੇ ਮੀਂਹ ਨਾ ਇੰਨਾ ਪੈਂਦਾ ਤਾਂ ਬੰਦਾ ਆਉਣੇ ਵੀ ਮੁਸ਼ਕਲ ਹੀ ਸਨ ਇਹ ਵੀ ਗੱਲ ਮਾਰੇ ਬੰਦੇ ਵੇਖੇ ਨੇ ਮੈਨਾਂ ਅਤੇ ਉਹ ਮੁਸਲਮਾਨ ਪੈਂਦੇ ਹਨ ਹਿੰਦੂਆਂ ਨੂੰ ਮਾਰ ਦਿੰਦੇ ਹਨ ਕਾਫਲੇ ਨੂੰ ਵੀ ਪੈ ਜਾਂਦੇ ਹਨ ਲੁੱਟਾਂ ਖੋਹਾਂ ਕਰ ਲੈਂਦੇ ਹਨ ਅਤੇ ਮਸਾਏ ਆ ਮੈਨਾਂ ਜਿੰਦ ਬਚਾ ਜਦੋਂ ਤੁਸੀਂ ਉੱਧਰੋਂ ਆਏ ਜੇ ਉੱਧਰ ਦੇ ਲੋਕਾਂ ਵੀ ਕੋਈ ਮਦਦ ਕੀਤੀ ਤੁਹਾਡੀ ਪਿੰਡ ਵਾਲੇ ਕੀਤੀ ਸੀ ਜਿਹੜੇ ਪਿੰਡ ਸਾਡੇ ਸ਼ੇਰਪੁਰ ਦੇ ਲੋਕ ਉਹਨਾਂ ਮਦਦ ਕੀਤੀ ਸੀ ਉਹ ਨਾ ਸਾਨੂੰ ਤੁਰਨ ਲੱਗਿਆ ਨੇ ਕੋਈ ਕਿਸੇ ਨੇ ਘੋੜੀ ਇੱਕ ਦਿੱਤੀ ਜਾਂ ਖੱਚਰ ਦਿੱਤੀ ਇਸ ਤਰ੍ਹਾਂ ਵੀ ਬਾਣਿਆਂ ਦਸ ਬਿਸਤਰੇ ਬੁਸਤਰੇ ਖਾਓਗੇ ਕੀ ਥੋੜ੍ਹਾ ਘਣਾ ਸਮਾਨ ਦਿੱਤਾ ਉੱਤੇ ਲੱਸ ਦਿੱਤਾ ਉਹਨਾਂ ਉਹ ਸਾਨੂੰ ਟੋਰਿਆ ਜਿਵੇਂ ਮੇਰੇ ਨਾਲ ਕਾਫਲੇ ਨਾਲ ਲਾ ਕੇ ਆਪਣੇ ਜੀ ਬਾਪੂ ਜਿਹੜੇ ਆਏ ਕੋਈ ਆਪਣੇ ਜੀ ਦਾ ਨੁਕਸਾਨ ਤਾਂ ਨਹੀਂ ਰਾਹ 'ਚ ਨਾ ਇਹ ਸਾਡਾ ਨਹੀਂ ਹੋਇਆ ਪਰ ਹੋਏ ਬੜੇ ਨੇ ਨੁਕਸਾਨ ਜੀ ਸਾਡੇ ਨਾਲ ਕਾਫਲੇ ਗੋਰਖਿਆਂ ਦੀ ਮਿੰਟਰੀ ਸੀ ਉਹਨਾਂ ਸਾਡਾ ਨੁਕਸਾਨ ਨਹੀਂ ਹੋਣ ਦਿੱਤਾ ਉੱਧਰੋਂ ਕੁਛ ਲੈ ਕੇ ਵੀ ਆਏ ਕਿ ਸਾਰਾ ਕੁਛ ਛੱਡ ਆਇਆ ਸਭ ਕੁਛ ਛੱਡ ਆਇਆ ਕੁਛ ਨਹੀਂ ਲਿਆ ਉਹ ਜਿਹੜੇ ਕੋਈ ਬਿਸਤਰੇ ਬੁਸਰੇ ਨਿਆਣਿਆਂ ਵਾਸਤੇ ਜਿਹੜੇ ਹੈਗੇ ਸਾਡੇ ਵਾਸਤੇ ਉਹਨਾਂ ਰੱਖ ਰੁਸ ਦਿੱਤੇ ਉੱਤੇ ਇੱਕ ਘੋੜੀ ਦਿੱਤੀ ਇੱਕ ਖੱਚਰ ਜੀ ਦਿੱਤੀ ਦੋ ਖੋਤੇ ਦਿੱਤੇ ਜੇ ਉਹਨਾਂ ਦੇ ਲੱਦ ਕੇ ਜੇ ਉਹ ਰਾਹ 'ਚ ਰਹਿੰਦੇ ਆਏ ਜੇ ਆਟਾ ਪਾਣੀ ਕੋਈ ਉਹਨਾਂ ਨੇ ਬੰਨ ਦਿੱਤਾ ਅਤੇ ਉਹ ਪਕਾ ਪੂ ਕੇ ਰੋਟੀ ਖਾਂਦੇ ਆਏ ਰਾਹ 'ਚ ਹਿੰਦੁਸਤਾਨ 'ਚ ਜਦੋਂ ਆਏ ਆ ਉਦੋਂ ਲੰਗਰ ਰਾਹ 'ਚ ਲੱਗੇ ਹੁੰਦੇ ਹਨ ਇੱਧਰ ਉਹ ਕਈਆਂ ਥਾਵਾਂ 'ਚ ਬਿਨਾਂ ਰੋਟੀ ਉੱਥੋਂ ਖਾ ਲੈਣੀ ਬੜੀ ਮੁਸ਼ਕਲ ਨਾਲ ਹੈ ਕਿਹੜੇ ਰਸਤੇ ਫਿਰ ਇੱਧਰ ਲੰਘੇ ਤੁਸੀਂ ਖੇਮ ਕਰਨ ਵਾਲਾ ਬਾਰੇ ਸੀ ਖੇਮ ਕਰਨ ਆਏ ਪਹਿਲੋਂ ਸਾਫ ਤੋਂ ਹਿੰਦੁਸਤਾਨ ਲੰਘੇ ਖੇਮ ਕਰਨੋਂ ਚੱਲ ਕੇ ਅਜੇ ਪੱਟੀ ਅਸੀਂ 2 ਕੁ ਮਹੀਨੇ ਰਹੇ ਉੱਥੇ ਰੋਟੀ ਪਾਣੀ ਗੁਰਦੁਆਰੇ ਕੋਈ ਖਾ ਆਉਣਾ ਕਿਸੇ ਕੋਈ ਪਕਾ ਲੈਣ ਹੋਰ ਕੋਈ ਲੋਕਾਂ ਨੇ ਵੀ ਲੰਗਰ ਬਿਨਾਂ ਲਾਏ ਸਨ ਉੱਥੋਂ ਰਹਿਣ ਵਾਲਿਆਂ ਨੇ ਹੋਰ ਘਰ ਬਹੁਤ ਖਿਆਈ ਦੇ ਦਿਨ ਕੱਟੇ ਉਹ ਪੱਟੀ ਤੋਂ ਪਿੱਛੇ ਹੀ ਅਸੀਂ 2 ਮਹੀਨੇ ਫਿਰ ਉੱਥੇ ਜੰਡਿਆਲਾ ਗੁਰੂ ਕਾ ਜੰਡਿਆਲਾ ਉਹ 2 ਕੁ ਮਹੀਨੇ ਉੱਥੇ ਵੀ ਰਹੇ ਫਿਰ ਸਾਡੇ ਪਿੰਡ ਜਿਹੜੇ ਲੋਕ ਸਨ ਉਹ ਇੱਥੇ ਪਿੰਡ ਇਕੱਠੇ ਹੋ ਗਏ ਸਾਰੇ ਬ੍ਰਾਹਮਣ
ਉਹਨਾਂ ਪਿੰਡ ਨਾਨਕੇ ਪਹਿਲੋਂ ਆਏ ਪੰਜ ਦਸ ਘਰ ਉਹਨਾਂ ਇਸ ਪਿੰਡ ਨਾਨਕੇ ਡੇਰਾ ਲਾ ਤਾ ਫਿਰ ਉਹ ਸਾਨੂੰ ਸਾਰਿਆਂ ਨੂੰ ਜਿੱਥੇ ਵੀ ਅਸੀਂ ਹਾਂ ਟੁਰੇ ਆਉਂਦੇ ਬੈਠੇ ਰਹਿੰਦੇ ਉਹਨਾਂ ਨੇ ਆਖ ਕੇ ਸਮਝਾਉਂਦਾ ਵੀ ਆਪਾਂ ਵਜੀਰਪੁਰ ਚੜ੍ਹਨਾ ਉੱਥੇ ਆਪਾਂ ਪਿੰਡ ਵਜੀਰਪੁਰ ਮਿਲਿਆ ਅਤੇ ਉੱਥੇ ਆਪਾਂ ਰਹਾਂਗੇ ਸਾਰੇ ਇਕੱਠੇ ਅਤੇ ਇੱਥੇ ਆਣ ਕੇ ਫਿਰ ਆ ਗਏ ਅਤੇ ਫਿਰ ਮੁਸੀਬਤ ਦੇਣੀ ਕੱਢੇ ਦੋ ਤਿੰਨ ਸਾਲ ਬਹੁਤ ਔਖੇ ਕੱਢੇ ਸਾਡਾ ਪਿਓ ਦਾ ਤਾਂ ਦੁਕਾਨ ਕਰਦਾ ਸੀ ਅਤੇ ਉਹ ਇੱਥੇ ਆਣ ਕੇ ਉਹਨਾਂ ਨੂੰ ਦੁਕਾਨ ਪੈਸਾ ਪੁਸਾ ਲਿਆ ਕੋਈ ਨਹੀਂ ਸੀ ਅਤੇ ਉਹ ਅਤੇ ਇੱਥੇ ਆਣ ਕੇ ਫਿਰ ਉਹ ਇੱਥੇ ਫਾਰਮ ਆਇਆ ਸੀ ਫਾਰਮ ਖੇਤੀਬਾੜੀ ਬੈਂਕ ਬਿਆਲਾ ਅਤੇ ਉਹਦੇ ਵਿੱਚ ਹੈਗਾ ਸੀ ਸਾਨੀ ਸਾਹਿਬ ਆਏ ਅਫਸਰ ਸੀ ਉਹ ਫਾਰਮ ਦਾ ਮਾਲਕ ਦਾ 100 ਕਿਲੋ ਦਾ ਫਾਰਮ ਅਜੇ ਵੀ ਹੈਗਾ ਅਤੇ ਉਹਨੇ ਸਾਨੂੰ ਇੱਥੇ ਪਿੰਡ ਆਣ ਕੇ ਉਹਨੇ ਆਖਿਆ ਕੱਚੀਆਂ ਅਲਾਟਮੈਂਟਾਂ ਕੀਤੀਆਂ ਅਤੇ ਸਾਨੂੰ ਜਿਹੜੇ ਜਿਹੜੇ ਇੱਥੇ ਵਾਹੀ ਕਰਦੇ ਨੇ ਨੇੜੇ ਨੇ ਉਹ ਵਾਹੀ ਕਰਨ ਦੀ ਆ ਪੈਲੀਆਂ ਜਿਹੜੀਆਂ ਮੁਸਲਮਾਨਾਂ ਦੀਆਂ ਨੇ ਉਹਨੇ ਸਾਨੂੰ ਮਾਲ ਆਖਦਾ ਵੀ ਅਸੀਂ ਬੀਜ ਲਓ ਵੰਡ ਵੁੰਡ ਕੇ ਉਹਨੇ ਵੰਡ ਦਿੱਤੀਆਂ ਅਤੇ ਉਸੇ ਹੀ ਵਾਹੀ ਦਾ ਕੰਮ ਸ਼ੁਰੂ ਕੀਤਾ ਅਤੇ ਕੁਛ ਵਾਹੀ 'ਚ ਹੁੰਦਾ ਕੁਛ ਨਹੀਂ ਸੀ ਸੇ ਬਹੁਤ ਇਹ ਪਿੰਡ ਮਾੜਾ ਸੀ ਇਸ ਭੁੱਖ ਹੀ ਨਹੀਂ ਹੈਗੀ ਸੀ ਨਿਰੇ ਬੂਝੇ ਦੇ ਪਿੰਡ ਪਠਾਨਾਂ ਦਾ ਪਿੰਡ ਸੀ ਇਹ ਉਹ ਪਠਾਨ ਸ਼ਿਕਾਰ ਸ਼ਕੂਰ ਖੇਡਦੇ ਸੀ ਉਹਨਾਂ ਬਾਹਰ ਜੰਗਲ ਜਾ ਕੇ ਬੂਝੇ ਜੇ ਲਾਏ ਅਤੇ ਉਹ ਸਾਨੂੰ ਮੁਸੀਬਤ ਤਾਂ ਬਹੁਤ ਭੁੱਖ ਹੀ ਮੁਸੀਬਤ ਪਈ ਹੈਗੀ ਆ ਫਿਰ ਉਦੋਂ ਪਿੱਛੇ ਉਹ ਦਾਣੇ ਦੂਣੇ ਕੁਛ ਪਹਿਲਾਂ ਇੱਕ ਥਾਣੇਦਾਰ ਹੈਗਾ ਸੀ ਇੱਥੇ ਪੰਡਿਤ ਜੀ ਸਰਦਾਸ ਉਹਨੇ ਸਾਨੂੰ ਆਖਿਆ ਵੀ ਤੁਸੀਂ ਇਹ ਕਰੋ ਆਇਆ ਜੀ ਜੇ ਤੁਹਾਡੇ ਕੋਲ ਤੁਸੀਂ ਅਤੇ ਇੱਥੋਂ ਰਾਹ ਮਲਵਈਆਂ ਦੇ ਮਾਣੇ ਆ ਮਾਣੇ ਵਾਲਾ ਪਿੰਡ ਸੀ ਜੇ ਹੋਰ ਜਿਹੜੇ ਪਿੰਡ ਇਹਨਾਂ ਦੇ ਤੁਸੀਂ ਨਾ ਕਣਕ ਕੁਣਕ ਜਿਹੜੀ ਬਾਹਰ ਵੱਢੀ ਪਈ ਨਾ ਉਹ ਲੈ ਲਓ ਗੱਡਾਂ ਗੁੱਡਾਂ ਦੇ ਲੱਦ ਕੇ ਰਾਹ ਬਣਾ ਕੇ ਜਾ ਕੇ ਪਿੰਡ ਕੁਛ ਘਟਾ ਕੇ ਖਾਓ ਅਤੇ ਆਪਦਾ ਗੁਜ਼ਾਰਾ ਕਰੋ ਉਹ ਅਸੀਂ ਫਿਰ ਲਿਆਉਂਦੇ ਰਹੇ ਜਾਂ ਸਾਰੇ ਜਣੇ ਗੱਡਾਂ ਜੋੜ ਲੈਣੀਆਂ ਗੱਡਾਂ ਹੀ ਉੱਥੇ ਹੀ ਉਦੋਂ ਉਹ ਲਿਆ ਕੇ ਉੱਥੋਂ ਅਤੇ ਇੱਥੇ ਲਿਆ ਕੇ ਬਾਹਰ ਗਾਹ ਗੂ ਕੇ ਅਤੇ ਉਹ ਵੰਡ ਲੈਣੇ ਦਾਣੇ ਅਤੇ ਉਹ ਖਾਂਦੇ ਰਹੇ ਸਾਗ ਜੋਗ ਬਸ ਫਿਰ ਪੱਕੀਆਂ ਅਲਾਟਮੈਂਟਾਂ ਹੋ ਗਈਆਂ ਸਾਡੀ ਜਿਨ੍ਹਾਂ ਦੀ ਜ਼ਮੀਨ ਹੈਗੀ ਸਾਡੀ ਵੀ ਹੈਗੀ ਸੀ 20-22 ਕਿੱਲੇ ਜ਼ਮੀਨ ਉਹ ਸਾਰਿਆਂ ਨੂੰ ਆਪੋ ਜਿੰਨੀ ਕੁ ਅਸੀਂ ਪੈਲੀ ਸੀ ਪਾਕਿਸਤਾਨ 'ਚ ਉਹ ਪੈਲੀ ਇੱਥੇ ਅਲਾਟ ਕੀਤੀ ਗਈ ਕੀਮਤ ਦੇ ਹਿਸਾਬ ਨਾਲ ਅਸੀਂ ਜਿੰਨੀ ਉਹਦੀ ਕੀਮਤ ਪਾਈ ਗਈ ਸੀ ਨਾ ਉਸ ਹਿਸਾਬ ਨਾਲ ਇੱਥੋਂ ਦੀ ਪੈਲੀ ਦੀ ਕੀਮਤ ਨਾਲ ਉਸ ਕੀਮਤ ਨਾਲ ਮਿਲੀ 50 ਸਾਲ ਦਾ ਮੈਂ ਵਾਹੀ ਕਰਦਾ ਰਿਹਾ ਮੇਰਾ ਬਲਦਾਂ ਨਾਲ ਅਤੇ ਟਾਈਮ ਬੜਾ ਲੱਗਾ ਦਾਣੇ ਪੋਣੀ ਸੀ ਹੁੰਦੇ ਬਹੁਤ ਖਿਆਈ ਸੀ ਖਾਣ ਜੋਗੇ ਦਾਣੇ ਹੁੰਦੇ ਸੀ ਬਰਾਨੀ ਹੁੰਦੇ ਸੀ ਨਾ ਕੋਈ ਇੱਥੇ ਬਿਜਲੀ ਸੀ ਨਾ ਕੋਈ ਕੁਛ ਸੀ ਖੂਹ ਹੈਗੇ ਹਨ ਉਹ ਵੀ ਖੂਹ ਵੀ ਜਿਹੜੇ ਹਨ ਉਹ ਡੱਲਾਂ ਹੀ ਸਨ ਤੋਂ ਸਮਾਨ ਤਾਂ ਲਾ ਕੇ ਲੈ ਲੂ ਗਏ ਲੋਕ ਆਸੇ ਪਾਸੇ ਪਿੰਡਾਂ ਵਾਲੇ ਜਿਹੜੇ ਮਲਵਈ ਜੱਟ ਸਨ ਅਤੇ ਉਹ ਸਾਨੂੰ ਖੂਹ ਵੀ ਹਾਂ ਹੌਲੀ ਹੌਲੀ ਮਗਰੋਂ ਵਾਂਦੇ ਕੀਤੇ ਪੱਠੇ ਦੱਸੇ ਬੀਜਣ ਲੱਗ ਪਏ ਫਿਰ ਕੋਈ ਕਣਕ ਕੁਣਕ ਹੋਣ ਲੱਗ ਪਈ ਬੜੀ ਸਿਆਹੀ ਨਾਲ ਚੀਜ਼ਾਂ ਕੱਢੇ ਨੇ ਉਦੋਂ ਪਿੱਛੇ ਫਿਰ ਸਮਝੋ ਇਸੇ ਮਾਲ ਹੋ ਗਈ ਫਿਰ 50-55 ਤੋਂ ਪਿੱਛੇ ਪਿੱਛੇ ਪਹਿਲਾਂ ਲੋਕ ਫਿਰ ਵਾਹਵਾ ਹੋਣ ਲੱਗ ਪਏ ਅਤੇ ਉਦੋਂ ਪਿੱਛੇ ਤਾਂ ਹੁਣ ਤਾਂ ਫਿਰ 12 'ਚ ਹੀ ਹੋਏ ਭੈਣ ਸਾਰੇ ਪੈਰਾਂ ਦੇ ਹੋ ਗਏ ਨੇ ਜਦੋਂ ਤੁਸੀਂ ਆਏ ਜੇ ਬਾਪੂ ਉਸ ਤੋਂ ਬਾਅਦ ਉੱਧਰ ਵੀ ਜਾਣ ਦਾ ਸਮਾਂ ਬਣਿਆ ਗਏ ਕਿ ਨਹੀਂ ਜਾਣ ਦਾ ਮੌਕਾ ਮੇਰਾ ਦਾਦਾ ਗਿਆ ਸੀ ਜੀ 2 ਵਜੇ ਜੀ ਉਹਨੇ ਪਾਸ ਬਣਵਾਇਆ ਸੀ ਪਾਸ ਪਰਮਿਟ ਅਤੇ ਉਹ 2 ਵਜੇ ਗਿਆ ਸੀ ਪਾਕਿਸਤਾਨ ਮਹੀਨਾ ਮਹੀਨਾ ਰਹਿ ਗਿਆ ਸੀ ਫਿਰ ਸਾਡੇ ਜਿਹੜੇ ਮੁਸਲਮਾਨ ਸਨ ਉਹ ਸਾਡੇ ਚੰਗੇ ਬੜੇ ਸਨ ਉਹ ਇੱਥੇ ਬਾਰਡਰ ਦੇ ਮੇਰੇ ਦਾਦੇ ਨਾਲ ਮੁਲਾਕਾਤ ਵੀ ਕਰਨ ਫਿਰੋਜ਼ਪੁਰ ਆਉਂਦੇ ਹੁੰਦੇ ਹਨ ਕਦੇ ਕਦੇ ਦੋ ਚੋਂ ਮਹੀਨੇ ਹੁਣ ਕੌਣ ਪਛਾਣ ਸਕਦਾ ਆਹ ਵਜੀਰਪੁਰ ਉਹ ਆ ਜਾਣ ਉਹ ਪਛਾਣ ਲੈਣਗੇ ਵਜੀਰਪੁਰ ਹੋਏ ਇੱਥੇ ਅੱਗੇ ਕੱਚੇ ਪੋਠੇ ਦੇ ਮੈਨੂੰ ਕਿਸੇ ਦੇ ਘਰ ਨੂੰ ਬੂਹਾ ਨਹੀਂ ਸੀ ਲੱਗਾ ਬੂਹਾ ਜਿਹੜੇ ਦਾ ਬਾਹਰ ਉਹ ਸਭ ਮੈਨੂੰ ਇੱਕ ਹਵੇਲੀ ਗਈ ਸਾਰੇ ਪਿੰਡ 'ਚ ਪੱਕੀ ਉਹ ਠਾਣੇਦਾਰ ਦੀ ਹਵੇਲੀ ਹੈ ਜੇ ਵੀ ਗਈ ਉਹ ਹੈਗੀ ਸੀ ਪੱਕੀ ਬਾਕੀ ਦਾ ਸਾਰੇ ਕੱਚੇ ਕੋਠੇ ਦੇ ਬੁਰੇ ਆ ਰਹੇ ਸਨ ਪਛਾਣਨਾ ਕੀ ਨਾ ਉਹ ਵੀ ਨਹੀਂ ਪਛਾਣ ਸਕਦੇ ਸਾਨੂੰ ਵੀ ਪਤਾ ਸਾਡੇ ਪਿੰਡ 'ਚ ਕੀ ਹੋ ਗਿਆ ਸਾਡੇ ਕੋਠੇ ਉਹ ਉੱਧਰ ਸਾਰੇ ਮਕਾਨ ਕੱਚੇ ਹੀ ਸਨ ਹੁਣ ਬਾਪੂ ਜੀ ਜਿਵੇਂ ਪਿਆਰ ਮੁਹੱਬਤ ਨਹੀਂ ਹੈਗਾ ਉਦੋਂ ਉੱਥੇ ਪਿਆਰ ਮੁਹੱਬਤ ਹੈਗਾ ਸੀ ਲੋਕਾਂ ਬੜਾ ਪਿਆਰ ਮੁਹੱਬਤ ਸੀ
ਬਹੁਤ ਪਿਆਰ ਸਾਡੇ ਪਿੰਡ ਦਾ ਤਾਂ ਸਾਡੇ ਨਾਲ ਬਹੁਤ ਪਿਆਰ ਸੀ। ਅਸੀਂ ਤਾਂ ਬਾਹਰ ਤੱਕ ਅਸੀਂ ਗਏ ਨਹੀਂ ਹਜੇ ਚੁੱਕਣ, ਫਿਰ ਆਪਦੇ ਪਿੰਡ ਮੇਰੇ ਦਾਦੇ ਨੂੰ ਉਹ ਪਿਓ ਮੰਨ ਰਿਹਾ ਸਾਰਾ ਪਿੰਡ ਹੀ। ਸਾਰੇ ਕੋਈ ਮੁਸਲਮਾਨ ਪਾਸ ਤਿੰਨ ਚਾਰ ਘਰ ਜੱਟਾਂ ਦੇ ਹਨ, ਉਹ ਸਭ ਬਿਨਾਂ ਉਹਦੀ ਗੱਲ ਤੋਂ ਕੀਤੀ ਤੋਂ ਬਿਨਾਂ ਉਹਨਾਂ ਤੋਂ ਇਕੱਲਾ ਗੱਲ ਕੋਈ ਨਹੀਂ ਸਿਖਾ ਸਕਦਾ, ਸਲਾਹ ਲੈਂਦੇ ਆ ਸਾਰੇ। ਉਹ ਦੁਕਾਨ ਹੀ ਕਰਦਾ ਸੀ, ਨਾਲੇ ਮਾੜੀ ਮੋਟੀ ਕੀਮਤੀ ਵੀ ਕਰਦਾ ਸੀ, ਦੁਆਦਾਰ ਵੀ ਲੋਕ ਲੈਂਦੇ ਹਨ। ਇੰਨਾ ਪਿਆਰ ਸੀ ਬਾਪੂ ਜੀ, ਫਿਰ ਇਹ ਰੌਲੇ ਦਾ ਕਾਰਨ ਕੀ ਬਣਿਆ? ਰੌਲਾ ਤਾਂ ਉੱਤੋਂ ਪਿਆ ਜੀ, ਗੌਰਮੈਂਟ ਕਾਂਗਰਸ ਦਾ ਜੋ ਜਿਨ੍ਹਾਂ ਦਾ ਜੋ ਕਾਂਗਰਸ ਦਾ ਪਿਆ ਵਾ, ਇਹਨਾਂ ਰੌਲਾ ਤੋਂ ਉਹਨਾਂ ਆਖਿਆ ਸੀ ਪਾਕਿਸਤਾਨ ਦਾ, ਇਹਨਾਂ ਅੰਗਰੇਜ਼ਾਂ ਨੇ ਪਾਇਆ ਵੀ ਇਹਨਾਂ ਦੇ ਮੁਕਾਬਲ ਪਾ ਚਲੀਏ ਵਿੱਚ, ਅੰਗਰੇਜ਼ ਹੀ ਪਾ ਕੇ ਗਏ ਨੇ। ਨਹੀਂ ਤਾਂ ਸਾਡਾ ਪਿੰਡ ਲਾਹੌਰ ਜਿਹੜਾ ਹੈ, ਵੋਟਾਂ ਪਈਆਂ ਹਨ, ਵੋਟਾਂ ਪਈਆਂ ਗੁਰਦਾਸਪੁਰ ਦੀਆਂ ਅਤੇ ਲਾਹੌਰ ਦੀਆਂ। ਗੁਰਦਾਸਪੁਰ ਇੱਧਰ ਆਇਆ ਸੀ ਅਤੇ ਲਾਹੌਰ ਉੱਧਰ ਗਿਆ ਸੀ ਪਾਕਿਸਤਾਨ 'ਚ। ਇਹ ਤਾਂ ਉਹ ਨਹਿਰੂ ਨੇ ਮੈਨੂੰ ਆਖਿਆ ਵੀ ਸਾਨੂੰ ਗੁਰਦਾਸਪੁਰ ਦਿੱਤਿਆਂ ਅਸੀਂ ਕਸ਼ਮੀਰ ਤੋਂ ਵਾਂਝੇ ਰਹਿ ਜਾਂਗੇ। ਉਹਨੇ ਮੈਨੂੰ ਉਹਨਾਂ ਨੂੰ ਆਖਿਆ ਤੁਸੀਂ ਲਾਹੌਰ ਲੈ ਲਵੋ ਅਤੇ ਸਾਨੂੰ ਗੁਰਦਾਸਪੁਰ ਦੇ ਦਿਓ। ਉਹ ਬੜੇ ਰਾਜ਼ੀ ਹੋਏ, ਲਾਹੌਰ ਬੜਾ ਸ਼ਹਿਰ ਹੈ ਮੰਨਿਆ ਅਸੀਂ ਅਜੇ ਤਿਕਣੀ। ਉਹਨਾਂ ਵਟਾ ਲਿਆ ਅਤੇ ਅਸੀਂ ਤਾਂ ਸਾਨੂੰ ਲਾਹੌਰ ਜਿਲ ਰੋਣਾ ਪਿਆ। ਸਮਾਂ ਉਦੋਂ ਦਾ ਬਾਪੂ ਜੀ ਚੰਗਾ ਸੀ ਅਤੇ ਅੱਜ ਦਾ ਵਧੀਆ ਗਿਣਦੇ ਜੀ? ਸਮਾਂ ਦਾ ਜੀ ਜੇ ਲੋਕਾਂ ਦੇ ਰਹਿਣ ਸਹਿਣ ਬਹਿਣ ਵਾਸਤੇ ਪਹਿਲਾਂ ਸਮਾਂ ਤਾਂ ਉਦੋਂ ਹੀ ਚੰਗਾ ਸੀ, ਅੰਗਰੇਜ਼ ਦਾ ਰਾਜ ਮਾੜਾ ਨਹੀਂ ਸੀ, ਐਵੇਂ ਆਖੀ ਜੀ। ਅੱਜ ਕੱਲ੍ਹ ਤਾਂ ਹੁਣ ਤੁਹਾਨੂੰ ਪਤਾ ਇੱਥੋਂ ਲੋਹੜੇ ਵੇਲੇ ਸ਼ਾਮ ਨੂੰ ਨਸ਼ਈ ਜਿਹੜੇ ਨੇ ਲੁੱਟਣ ਵਾਲੇ ਚਾਰ ਚੁਫੇਰੇ ਫਿਰਦੇ ਨੇ ਪਿੰਡ ਦੇ, ਵੀ ਲੈ ਜਾਂਦੇ ਨੇ ਲੋਕ ਮੈਨੂੰ ਘਰੋਂ ਬੈਠੀਆਂ ਜਾਂ ਕਈਆਂ ਜਾਂ ਸਾਡੇ ਡੰਡੀਆਂ ਲਾ ਕੇ ਲੈ ਗਏ। ਜੇ ਉਦੋਂ ਜਨਾਨੀ ਭਾਵੇਂ ਇਕੱਲੀ ਤੁਰੀ ਜਾਏ ਭਾਵੇਂ ਦਸ ਪੰਜ ਦਸ ਮੀਲ ਤਾਂ ਤੁਰ ਕੇ ਜਾਣਾ ਪੈਂਦਾ ਸੀ ਹਰ ਇੱਕ ਨੂੰ ਜੀ। ਉਦੋਂ ਇੰਨੇ ਸਾਧਨ ਨਹੀਂ ਸੀ ਕੋਈ ਹੁੰਦਾ, ਤੁਰ ਕੇ ਹੀ ਜਾਂਦੇ ਸੀ ਉਹਨਾਂ ਨੇ। ਸਾਡੇ ਜਿਹੜਾ ਹੈਗਾ ਸੀ ਸਟੇਸ਼ਨ ਉਹ ਵੀ ਸਾਡੇ ਤੋਂ 5 ਮੀਲ ਸੀ, ਅਤੇ ਬੱਸ ਦਾ ਬੱਸ ਵੀ ਕੋਈ ਨਹੀਂ ਸਾਡੀ, ਬੱਸ ਦੇਖੀ ਨਹੀਂ। ਅਸੀਂ ਬਹੁਤ ਮੈਨੂੰ ਆਪਦੇ ਭਰਾਵਾਂ ਵਾਂਗੂ ਹੀ ਰਹੇ ਨੇ ਸਾਡੇ ਨਾਲ, ਸਨ ਮੁਸਲਮਾਨ ਵੀ ਜੱਟ ਵੀ ਜੋ ਕੁਛ ਹੈਗਾ ਉਹਨਾਂ ਦਾ ਸਾਡਾ ਨੇੜ ਬਹੁਤ ਸੀ। ਉਹ ਜਦੋਂ ਹੁਣ ਕੀ ਪਤਾ ਹੈ, ਉਹ ਵੀ ਵੱਡੇ ਉਹਨਾਂ ਦੇ ਕਿ ਮਾਰਖਾ ਹੋਇਆ, ਸਾਡੇ ਵੀ ਪਿਓ ਦਾਦੇ ਗਏ ਚਲੇ, ਅਤੇ ਹੁਣ ਕੀ ਪਤਾ ਸਾਨੂੰ ਕੁਛ ਨਾ ਲਾਉਂਦੇ ਤਾਂ ਜ਼ਰੂਰ ਜਿਹੜੇ ਵੱਡੇ ਹੋਣਗੇ ਸਾਡੀ ਉਮਰਾਂ 'ਚ ਉਹ ਨਾ ਲਾਉਣ ਅਤੇ ਪਾਰਾ ਦੇਣਗੇ ਜੀ ਵੀ ਆਏ ਨਹੀਂ ਮੈਨੂੰ ਪਹਾੜੇ ਪੰਡ ਦੇ ਪੋਤੜੇ। ਅਕਸਰ ਕਈ ਬੁੱਢੇ ਉੱਥੇ ਵੀ ਹੈਗੇ ਨੇ ਨਾ। ਉਦੋਂ ਤਾਂ ਮੇਰਾ ਦਾਦਾ ਇਕੱਲਾ ਹੀ ਸੀ, ਉਹਦੇ 3 ਮੁੰਡੇ ਸਨ, ਤਿੰਨਾਂ ਦੇ ਤਿੰਨ ਮੁੰਡੇ ਸਨ ਅਤੇ ਇੱਕ ਦੇ ਰਵੰਸ ਲਾਲ ਸੀ ਅਤੇ ਲਾਲ ਚੰਦ ਸੀ, ਉਹ ਮਰ ਗਿਆ ਸੀ ਪਾਕਿਸਤਾਨ ਤੋਂ ਪਹਿਲਾਂ। ਅਤੇ ਉਹਦਾ ਇੱਕ ਮੁੰਡਾ ਹੈਗਾ ਸੀ ਰੇਸ਼ਮ ਲਾਲ, ਅਤੇ ਉਹ ਸਾਡੇ ਨਾਲ ਸਾਡਾ ਭਰਾ ਤਾਏ ਦਾ ਪੁੱਤਰ ਉਹ ਆਇਆ, ਉਹਨੂੰ ਵੀ ਅਸੀਂ ਸੰਭਾਲਿਆ ਬਿਨਾਂ ਅੱਜ ਤੱਕ ਵਿਆਹ ਵੀ ਹੁੰਦਾ ਕੀਤਾ ਸਭ ਕੁਝ ਕੀਤਾ। ਫਿਰ ਉਹ ਸਾਡੇ ਨਾਲ ਹੈਗਾ ਸੀ, ਜਾਂ ਹੁਣ ਅਸੀਂ ਚਾਰ ਭਰਾ ਸੀ ਸਾਡੇ ਪਿਓ ਦਾ ਨਾਂ ਰਮਨਸ ਲਾਲ ਸੀ, ਚਾਰ ਭਰਾ ਵੱਡਾ ਮੈਂ ਹਾਂ, ਛੋਟਾ ਭੀਮ ਸੈਨ ਸੀ, ਉਹ ਵੀ ਛੋਟਾ ਸਤਪਾਲ ਸੀ, ਉਹ ਵੀ ਛੋਟਾ ਜਸਪਾਲ ਸੀ। ਮਿਹਨਤਾਂ ਕੀਤੀਆਂ ਤੁਹਾਨੂੰ ਕੋਲ ਮਕਾਨ ਕੋਲ ਹਰ ਇੱਕ ਨੇ ਸਾਡਾ ਪਿੰਡ ਸਾਰਾ ਵੇਖ ਲਓ ਕੋਠੀਆਂ ਬਣਿਆ, ਨਹੀਂ ਇਹ ਨਹੀਂ ਪੱਕੀ ਕਿਸੇ ਦੀ ਇੱਟ ਲੱਗੀ, ਸਾਰਿਆਂ ਨੇ ਵਧੀਆ ਤੋਂ ਵਧੀਆ ਮਕਾਨ ਬਣਾ ਲਏ, ਹੁਣ ਤਾਂ ਮੌਜਾਂ 'ਚ ਨੇ। ਪਰ ਆਹ ਗੱਲ ਜਿਹੜੀ ਹੈਗੀ ਹੈ ਜੇ ਵੀ ਉਹ ਜਿਹੜਾ ਆਉਂਦੇ ਜੇ ਹਾਲਾਤ ਮਾੜੇ ਨੇ, ਅਜੇ ਵੀ ਮਾੜੇ ਨੇ, ਇਹਦੇ ਵੀ ਅਜੇ ਕੋਈ ਰਾਜਪੁਰਾ ਅਤੇ ਸਮ ਨਹੀਂ ਜਾਣਾ ਹੋਵੇ ਅਤੇ ਉਹ ਵੀ ਡਰ ਕੇ ਜਾਂਦਾ ਰਹਿੰਦਾ ਜਾਂ ਰਾਤ ਨੂੰ ਬੰਦੇ ਨਾ ਪੈ ਜਾਣ। ਇਹ ਹਾਲਾਤ ਮਾੜੇ ਨੇ, ਹੋਰ ਖਾਣ ਪੀਣ ਨੂੰ ਪੈਸੇ ਟਕੇ ਨੂੰ ਸਭ ਕਮਾਈ ਲੋਕ ਕਰਦੇ ਪੈਣਾ ਵੱਧ ਹੋ ਜਾਣਾ। ਚਲੋ ਠੀਕ ਹੈ ਬਾਪੂ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ।